ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਆਪਣੇ ਪਿੰਡ ਕਿਲ੍ਹਾ ਸਰਦਾਰ ਹਰਨਾਮ ਸਿੰਘ ਤੋਂ ਅੱਜ 21 ਮਾਰਚ ਨੂੰ ਪੰਥ ਦੇ ਨਾਲ ਕੁਛ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਗੱਲ ਇਹ ਹੈ ਕਿ ਰਾਜ ਸਭਾ ਜਿਹਨੂੰ ਕੌਂਸਲ ਆਫ ਸਟੇਟਸ ਕਹਿੰਦੇ ਹੈ, ਇਹ ਇੰਡੀਆ ਦੀ ਪਾਰਲੀਮੈਂਟ ਦਾ ਹਿੱਸਾ ਹੈਗਾ। ਜਿਵੇਂ ਇੰਗਲੈਂਡ ਦੇ ਵਿੱਚ ਹਾਊਸ ਆਫ ਲੋਰਡਸ ਹੁੰਦਾ, ਅਮੈਰੀਕਾ ਦੇ ਵਿੱਚ ਸੈਨੇਟ ਹੁੰਦੀ ਹੈ, ਅਤੇ ਅਮੈਰੀਕਾ ਦੀ ਸੈਨੇਟ ਦੇ ਵਿੱਚ ਹਰੇਕ ਸਟੇਟ ਤੋਂ ਦੋ ਨੁਮਾਇੰਦੇ ਭੇਜੇ ਜਾਂਦੇ ਹੈ ਕਿ ਅਮਰੀਕਾ ਦੀਆਂ ਜਿੰਨੀਆਂ ਵੀ ਸਟੇਟਾਂ ਹੈਗੀਆਂ ਉਹ ਐਂ ਨਾ ਕਹਿਣ ਕਿ ਸਾਡਾ ਰਾਜ ਭਾਗ ਦੇ ਵਿੱਚ ਹਿੱਸਾ ਨਹੀਂ ਹੈ। ਇਸ ਕਰਕੇ ਸੈਨੇਟ ਦੇ ਵਿੱਚ ਦੋ ਮੈਂਬਰ ਭੇਜੇ ਜਾਂਦੇ ਹੈ। ਇਸੇ ਪੈਟਰਨ ਦੇ ਉੱਤੇ ਕਾਊਂਸਲ ਆਫ ਸਟੇਟਸ ਜਿਹਨੂੰ ਰਾਜ ਸਭਾ ਕਹਿੰਦੇ ਹੈ, ਇਹ ਬਣਾਈ ਗਈ ਸੀਗੀ ਕੌਂਸਟੀਟਿਊਸ਼ਨ ਜਦੋਂ ਬਣੀ ਹੈ। ਇਹਦਾ ਮਤਲਬ ਸੀਗਾ ਕਿ ਜਿੰਨੇ ਵੀ ਸੂਬੇ ਇੰਡੀਆ ਦੇ ਵਿੱਚ ਹੈਗੇ ਹੈ ਉਹ ਆਪਣੇ ਆਪਣੇ ਸੂਬੇ, ਆਪਣੇ ਪੰਜਾਬ ਦੇ ਜਾਂ ਯੂਪੀ ਦੇ ਜਿਹੜੇ ਸੂਬੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਨਾ ਉਹਦੇ ਵਿੱਚੋਂ ਜਾਣ। ਅੱਜ ਆਮ ਆਦਮੀ ਪਾਰਟੀ ਨੇ ਅਨਾਊਂਸ ਕੀਤਾ ਹੈ ਕਿ ਅਸੀਂ 5 ਸੀਟਾਂ ਭਰ ਰਹੇ ਹਾਂ ਜਿਹੜੀਆਂ ਇਹ ਭਰ ਸਕਦੇ ਹੈ, ਕਿਉਂ ਕਰਕੇ ਇਹਨਾਂ ਨੂੰ ਸਾਡੀ ਕੌਮ ਨੇ ਬਹੁਤ ਜ਼ਿਆਦਾ ਗਿਣਤੀ ਵਿਧਾਨ ਸਭਾ ਅਤੇ ਅਸੈਂਬਲੀ ਦੇ ਵਿੱਚ ਦਿੱਤੀ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਤਾਂ ਇਹਨਾਂ ਨੇ ਨੋਮੀਨੇਟ ਕਰਨੇ ਹੈਗੇ ਹੈ ਮਿਸਟਰ ਅਸ਼ੋਕ ਮਿੱਤਲ, ਉਹ ਪੰਜਾਬੀ ਹੈਗੇ ਹੈ, ਉਹ ਜਾ ਸਕਦੇ ਹੈਗੇ ਹੈ। ਫਿਰ ਇਹਨਾਂ ਨੇ ਸੰਜੀਵ ਅਰੋੜਾ, ਜਿਹੜੇ ਬਹੁਤ ਭਾਰੀ ਅਮੀਰ ਹੈ ਧਨਾਟ ਨੇ, ਉਹਨਾਂ ਨੂੰ ਟਿਕਟ ਦਿੱਤੀ ਹੈ, ਉਹ ਵੀ ਪੰਜਾਬ ਦੇ ਵਿੱਚੋਂ ਹੈਗੇ ਹੈ, ਜਾ ਸਕਦੇ ਹੈਗੇ ਹੈ। ਇਹ ਦੋਨੋਂ ਸ਼ਹਿਰੀ ਪੰਜਾਬੀ ਹੈਗੇ ਹੈ ਜਿਨ੍ਹਾਂ ਨੂੰ ਪੰਜਾਬ ਦੇ ਦਿਹਾਤ ਦਾ ਪਿੰਡਾਂ ਦਾ ਕੋਈ ਪਤਾ ਨਹੀਂ ਹੈ, ਪਰ ਜੇ ਪੰਜਾਬੀ ਹੈ ਅਸੀਂ ਸਹਿਮਤ ਹੈ ਕਿ ਇਹ ਰਾਜ ਸਭਾ ਦੇ ਵਿੱਚ ਜਾ ਸਕਦੇ ਹੈਗੇ ਹੈ। ਫਿਰ ਆਮ ਆਦਮੀ ਪਾਰਟੀ ਨੇ ਸੀਟ ਦਿੱਤੀ ਹੈ ਰਾਘਵ ਚੱਡੇ ਨੂੰ, ਇਹ ਦਿੱਲੀ ਦੇ ਵਿੱਚ ਰਹਿਣ ਵਾਲੇ ਹੈ, ਇਹ ਉੱਥੋਂ ਦੇ MLA ਹੈ, ਇਹਨਾਂ ਨੂੰ ਪੰਜਾਬ ਦੇ ਬਾਰੇ ਨਹੀਂ ਕੁਛ ਪਤਾ ਹੈਗਾ। ਇਹ ਦਿੱਲੀ ਦਾ ਤਾਂ ਪਤਾ ਲੈ ਸਕਦੇ ਹੈ, ਉੱਥੇ ਵੀ ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੈਜੋਰਿਟੀ ਹੈ, ਅਤੇ ਚੱਡਾ ਸਾਹਿਬ ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਅਸੈਂਬਲੀ ਦੇ ਰਾਹੀਂ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ, ਪਰ ਇੱਥੇ ਪੰਜਾਬ ਦੇ ਵਿੱਚੋਂ ਕਿਉਂ ਭੇਜ ਰਹੀ ਹੈ? ਇਹ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੀਗਾ ਕਿ ਇੱਥੇ ਦਿੱਲੀ ਦਾ ਰਾਜ ਆ ਰਿਹਾ, ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓਗੇ ਜਾਂ ਤੁਸੀਂ ਬਾਦਲ ਦਲੀਆ ਨੂੰ ਅਤੇ BJP ਨੂੰ ਵੋਟਾਂ ਪਾਓਗੇ ਜਾਂ ਕਾਂਗਰਸ ਨੂੰ ਪਾਓਗੇ। ਹੁਣ ਕੌਮ ਸਾਡੀ ਆਪ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹੈਗੀਆਂ। ਫਿਰ ਅਗਲੇ ਨੁਮਾਇੰਦੇ ਮੈਂ ਦੱਸਦਾ ਹੈਗਾ, ਇਹ ਸੰਦੀਪ ਪਾਠਕ ਹੈਗੇ ਹੈ, ਇਹ ਛੱਤੀਸਗੜ੍ਹ ਸੂਬੇ ਦੇ ਰਹਿਣ ਵਾਲੇ ਹੈ। ਛੱਤੀਸਗੜ੍ਹ ਸੂਬਾ ਉਹ ਹੈ ਜਿੱਥੇ ਆਦਿਵਾਸੀ ਲੋਕ ਜੰਗਲਾਂ 'ਚ ਰਹਿੰਦੇ ਹੈ, ਆਪਣੇ ਹੱਕ ਹਕੂਕ ਮੰਗਦੇ ਹੈ, ਪਰ ਗੌਰਮੈਂਟ ਆਫ ਇੰਡੀਆ ਉੱਥੇ ਆਪਣੀ ਫੌਜ ਭੇਜ ਕੇ CRP BSF ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਜਾਂ ਤਾਂ ਨਕਸਲਾਈਟ ਹੋ ਜਾਂ ਤੁਸੀਂ ਮਾਓਵਾਦੀ ਹੋ, ਅਤੇ ਇਹ ਨਾਂ ਦੇ ਕੇ ਇੱਥੋਂ ਦੇ ਆਦਿਵਾਸੀਆਂ ਨੂੰ ਛੱਤੀਸਗੜ੍ਹਦਿਆਂ ਨੂੰ ਮਾਰ ਦਿੰਦੀ ਹੈ ਜਾਨੋਂ। ਇੱਥੋਂ ਦੇ ਹੈਗੇ ਹੈ ਪਾਠਕ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾ ਕੇ ਰਾਜ ਸਭਾ ਦੀ ਸਾਡੀ ਨੁਮਾਇੰਦਗੀ ਕਰਨਗੇ।
फिर अगले हैगे है हरभजन सिंह जी जिहड़े क्रिकेट दे बहुत वधिया गेंदबाज हैगे है और बहुत अच्छे है। पर आज तुसी देखो मैं तुहानू उन्हां दी फोटो दिखा रहा है कि जो किसानां दा हो रहा सीगा ये कर रहे सीगे किसान अपना जद्दोजहद उदों हरभजन सिंह जी इत्थे टोपी पा के बैठे है ते बीजेपी दे विच जा रहे है। मेरा मतलब है कि कोई भी पंजाब दे विचों सिख जा नहीं रहा ते हरभजन सिंह जी जा रहे है ते वो टोपी वाले सिख है ते फिर तुसी उत्थे की समझते हो कि सिखां दे मसले किवें हल होणगे। बरगाड़ी दे विच महाराज सच्चे पातशाह की बेअदबी हुई है वो मसला हल नहीं किया। 328 सरूप गुरु ग्रंथ साहब जी दे SGPC बादल दे हाथ दे विच जिहड़ी हैगी है उसने पता नहीं बेचते है की कर दिता हैगा। जिहड़ी तरन तारण साहब गुरद्वारा साहब की ड्यूटी है वो महाराजा रणजीत सिंह दे पोते कबर नौ निहाल सिंह ने बनाई सी ते उसनू SGPC ने लिखती हुक्म दे के बाबा जगतार सिंह कार सेवा वालियां नू ओ ढौनी शुरू करती सी। मौके ते साडी उत्थे पार्टी पहुँच गई ते असी उहदा काफ़ी बचाव करता। हुण तुसी सारे मैनू दसो कि सारे पंथ नू हरा के कौम ने कोई भी मैंबर असैंबली दे विच अपनी सिखां दी गल करन नू नहीं भेजिया ना पार्लीमेंट दे विच भेजिया तां फिर हुण तुसी दसो आपां ने की करना हैगा। एक कहावत है अंग्रेजी दी वो मैं दसना नहीं चाहुंदा जो करके उहदे नाल काफ़ी इत्थे भेदभात हो जूगा। पर जदों हुण कम हो चुक्या है 1947 दे विच जदों आपां अपना मुल्क नहीं लै सके ते सिखां ने कुरबानियां कीतियां ते मुल्क बन गया हिंदुआं दा इंडिया। कुरबानियां कीतियां सारे सिखां ने। मुसलमानां दा मुल्क बन गया पाकिस्तान। सिखां ने ज़्यादा कुरबानियां कीतियां। उस वेले जदों अंग्रेज़ां दा राज सी उदों असीं सारे अंग्रेज़ां दे गुलाम सीगे। हिंदू भी गुलाम सी मुसलमान भी गुलाम सी सिख भी गुलाम सी। गुलामी दे विच साडी सारे बराबर सीगे बराबरती सीगी साडी। 1947 तो बाद जो सिखां ने कुरबानियां कीतियां हिंदुआं ने अपना मुल्क दवाता मुसलमानां नूं अपना मुल्क दवाता। जिहड़े असीं पाकिस्तान दे विच है उत्थे असीं मुसलमानां दे गुलाम है। जिहड़े असीं इंडिया दे विच है असीं हिंदू दे गुलाम है। तां खालसा जी मैनूं किसी वेले दस्सिओ अपनी सियाणप जदों रात नूं अपने बिस्तरे दे उत्ते सिर सराणे ते रखोगे कि आपां ने सदा इहो जिहा कमल कुटना है जिहदे नाल अपने पैरां ते आपां कुहाड़ियां मारनी है जां उस टहनी दे उत्ते बैठना है जिस दा मुढ होर किसी ने कटना है। ਇਹ ਖਾਲਸਾ ਜੀ ਮੈਨੂੰ ਜ਼ਰੂਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।